सरजन बठिंडा मुर्दाबाद मुर्दाबाद जब सरजन बठिंडा हो बर्बाद। मेरा नाम गगनदीप सिंह है जी। तालमेल कमेटी पैरामेडिकल ते सेहत कर्मचारी जिला बठिंडा वालों अज सिविल सर्जन बठिंडा के खिलाफ जिहड़ी आ ओह एजिटेशन विढ़ी हुई है। अज दी एजिटेशन दा मुख कारण यह है भी जिहड़ा सिविल सर्जन दफ्तर है यह दफ्तर वांगू नहीं चल रहा। इत्थे जिहड़ा मसले मंगा मसले आ ओह हल नहीं हो रहे। असीं पिछले लंबे समय तो सिविल सर्जन बठिंडा तो यह गल की मंग करते आ रहे हैं भी मुलाजमान दीआं जिहड़ीआं GPF स्टेटमेंटा ने ਉਹ ਸਾਨੂੰ ਜਿਹੜੀਆਂ ਪੂਰੀਆਂ ਕਰਕੇ ਦਿਓ, ਲਿਆ ਕੇ ਦਿਓ, ਮੰਗਵਾ ਕੇ ਦਿਓ। ਮੁਲਾਜ਼ਮਾਂ ਦੇ ਸੀਨੀਅਰ ਜੂਨੀਅਰ ਦੇ ਕੇਸ ਹੈ ਜਿਹੜੇ ਉਹ ਪੂਰੇ ਕਰਕੇ ਦਿਓ। ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਜਿਹੜੀ ਉਹ ਦਿੱਤੀ ਜਾਵੇ। ਮੁਲਾਜ਼ਮਾਂ ਦੇ ਹੋਰ ਮਸਲੇ ਨੇ ਜਿਵੇਂ ਖਾਸ ਕਰਕੇ ਇਨਕੁਆਇਰੀਆਂ ਦਾ ਮਸਲਾ। ਸਾਡੇ ਇੱਥੇ ਇੱਕ ਇਨਕੁਆਇਰੀ ਹੋਈ ਸੀ ਜਿਹਦੇ ਵਿੱਚ ਕੁਲਵਿੰਦਰ ਸਿੰਘ ਫਾਰਮਾਸਿਸਟ ਵੱਲੋਂ ਇੱਕ ਡਾਕਟਰ ਦੀ ਸ਼ਿਕਾਇਤ ਕੀਤੀ ਗਈ ਸੀ। ਉਸ ਸ਼ਿਕਾਇਤ ਦੇ ਵਿੱਚ ਇਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ, ਕਹਿੰਦੇ ਵੀ ਜਿਹੜੇ ਤੁਹਾਡਾ ਰਿਸ਼ਤੇਦਾਰ ਕੋਈ ਗਵਾਹੀ ਦਿੰਦਾ ਉਹ ਗਵਾਹੀ ਮੰਨੀ ਨਹੀਂ ਜਾਂਦੀ। ਹਾਲਾਂਕਿ ਅਸੀਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਗਾਈਡਲਾਈਨਾਂ ਸੀਗੀਆਂ ਉਹ ਵੀ ਸਿਵਲ ਸਰਜਨ ਸਾਹਿਬ ਨੂੰ ਲਿਆ ਕੇ ਦਿੱਤੀਆਂ ਵੀ ਜਿਹੜੇ ਕੋਈ ਵੀ ਰਿਸ਼ਤੇਦਾਰ ਆ ਜਿਹੜਾ ਇਸ ਮਾਮਲੇ 'ਚ ਇਹੋ ਜਿਹੀ ਗੱਲ ਨਹੀਂ ਹੁੰਦੀ, ਕੋਈ ਵੀ ਰਿਸ਼ਤੇਦਾਰ ਜਿਹੜਾ ਬੰਦੇ ਦੇ ਨਾਲ ਮੌਕੇ 'ਤੇ ਮੌਜੂਦ ਹੋਊ ਗਵਾਹੀ ਤਾਂ ਉਸੇ ਦੀ ਮੰਨੀ ਜਾਣੀ ਹੈ। ਇਹਨਾਂ ਨੇ ਪਰ ਉਸ ਗੱਲ ਉੱਤੇ ਕੋਈ ਗੌਰ ਨਹੀਂ ਕੀਤੀ, ਸਗੋਂ ਦੀ ਇਹ ਗੱਲ ਕੀਤੀ ਜਾ ਰਹੀ ਹੈ ਵੀ ਜਿਹੜੇ ਸਿਵਲ ਸਰਜਨ ਨੇ ਵੀ ਜਿਹੜੀ ਉਹ ਸੁਪਰੀਮ ਕੋਰਟ ਦੀਆਂ ਗਾਈਡਲਾਈਨਾਂ ਨੇ ਉਹ ਮੇਰੇ ਕੋਲ ਆਈਆਂ ਹੀ ਨਹੀਂ ਹੈਗੀਆਂ। ਇਸੇ ਤਰ੍ਹਾਂ ਹੀ ਜਥੇਬੰਦੀ ਵੱਲੋਂ ਇੱਕ ਰਾਮਪੁਰੇ ਜਿਹੜਾ ਹੈ ਉਹ ਜਥੇਬੰਦੀ ਵੱਲੋਂ ਐਜੀਟੇਸ਼ਨ ਲੜੀ ਗਈ ਸੀ ਜਿਹਦੇ ਵਿੱਚ SMO ਰਾਮਪੁਰਾ ਦੀ ਬਦਲੀ ਹੋਈ ਸੀ। ਉਹਨਾਂ ਵੱਲੋਂ ਲਗਾਤਾਰ ਝੂਠੀਆਂ ਸ਼ਿਕਾਇਤਾਂ ਜਿਹੜੀਆਂ ਨੇ ਵੱਖ ਵੱਖ ਥਾਵਾਂ ਉੱਤੇ ਕੀਤੀਆਂ ਸੀ, ਜਿਹਦੇ 'ਚੋਂ ਇੱਕ ਸ਼ਿਕਾਇਤ ਉਹਨਾਂ ਨੇ ਸਿਵਲ ਸਰਜਨ ਦਫ਼ਤਰ 'ਚ ਕੀਤੀ। ਅਸੀਂ ਉਹ ਇਨਕੁਆਇਰੀ ਭੁਗਤਣ ਵਾਸਤੇ ਤਿਆਰ ਹੋਏ, ਪਰ ਉਹ ਅਫਸਰ ਜਿਹੜੀ ਆ ਉਹ ਇਨਕੁਆਇਰੀ ਅਫਸਰਾਂ ਨਾਲ ਲੜ ਕੇ ਚਲੀ ਗਈ, ਉਹ ਇਨਕੁਆਇਰੀ ਵਿੱਚ ਵਿਚਾਲੇ ਉੱਥੇ ਹੀ ਰਹਿ ਗਈ। ਇਸੇ ਤਰ੍ਹਾਂ ਉਸ ਤੋਂ ਬਾਅਦ ਗੋਨਿਆਂ ਨੇ SMO ਕੋਲ ਉਹੀ ਇਨਕੁਆਇਰੀ ਗਈ, ਉਹ ਵੀ ਵਿੱਚ ਵਿਚਾਲੇ ਰਹਿ ਗਈ। ਤੀਜੀ ਥਾਂ ADC ਸਾਹਿਬ ਕੋਲੇ ਗਈ, ਉਹ ਵੀ ਜਿਹੜੀ ਇਨਕੁਆਇਰੀ ਸੀ ਉਹ ਉੱਥੇ ਵਿੱਚ ਵਿਚਾਲੇ ਰਹਿ ਗਈ। ਉਸ ਤੋਂ ਬਾਅਦ ਉਹ ਇਨਕੁਆਇਰੀ ਜਿਹੜੀ ਹੈ ਇਹਨਾਂ ਨੇ ਚੰਡੀਗੜ੍ਹ ਵਿਖੇ ਲਾਈ ਆ, ਜਿਹੜੀ ਕਿ ਬਿਲਕੁਲ ਗੈਰ ਜ਼ਿੰਮੇਵਾਰੀ ਵਾਲੀ ਗੱਲ ਆ। ਜਦੋਂ ਕਿ ਇਨਕੁਆਇਰੀ ਜਿਹੜੀ ਆ ਉਹ ਐਡੀ ਵੱਡੀ ਹੈ ਹੀ ਨਹੀਂ ਸੀ, ਕੋਈ ਐਡਾ ਵੱਡਾ ਤਾਂ ਹੈ ਹੀ ਨਹੀਂ ਸੀ ਗੱਲ ਵੀ ਜਿਹੜੀ ਚੰਡੀਗੜ੍ਹ ਕੀਤੀ ਜਾਂਦੀ ਆ। ਇੱਥੋਂ 20 ਮੁਲਾਜ਼ਮ ਜਾਂਦੇ ਆ, ਖੱਜਲ ਖੁਆਰ ਹੁੰਦੇ ਆ, ਉਹਨਾਂ ਦੀਆਂ ਸੀਟਾਂ ਦਾ ਕੰਮ ਪੈਂਡਿੰਗ ਹੁੰਦਾ, ਪਰ ਇਹਨਾਂ ਦੇ ਕੋਈ ਇਸ ਕੰਮ ਨੂੰ ਹੱਲ ਕਰਨ ਵਾਸਤੇ ਤੁਰ ਨਹੀਂ ਰਿਹਾ, ਜਿਹਦਾ ਕਰਕੇ ਸਾਨੂੰ ਜਿਹੜਾ ਉਹ ਇਹ ਐਜੀਟੇਸ਼ਨ ਵਿੱਢਣੀ ਪੈ ਰਹੀ ਹੈ। ਤੇ ਜਦੋਂ ਤੱਕ ਸਾਡੇ ਮੰਗਾਂ ਮਸਲੇ ਹੱਲ ਨਹੀਂ ਹੋਣਗੇ ਅਸੀਂ ਇਸ ਐਜੀਟੇਸ਼ਨ ਨੂੰ ਲਗਾਤਾਰ ਜਾਰੀ ਰੱਖਾਂਗੇ। ਅੱਜ ਧਰਨਾ ਜੀ ਸਿਵਲ ਸਰਜਨ ਦਫ਼ਤਰ ਦੇ ਬਾਹਰ ਚਲਾਇਆ। ਤੁਸੀਂ ਗੱਲ ਕੀਤੀ ਕਿਦੋਂ ਤੱਕ ਰਹੋ, ਤੁਸੀਂ ਗੱਲ ਕੀਤੀ ਸੀ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਆਦੇਸ਼ ਦਿੱਤੇ ਜਾਂਦੇ ਹੋ, ਕੀ ਹੈ ਮਾਮਲਾ? ਉਹਦੇ ਵਿੱਚ ਇਹ ਹੈ ਵੀ ਜਿਹੜਾ ਸੋਸ਼ਲ ਮੀਡੀਆ ਤੇ ਜਾਣੀ ਕਿਸੇ ਦੀ ਡਿਊਟੀ ਲਾਉਣੀ ਹੈ ਉਹਨੂੰ ਵੀ WhatsApp ਤੇ, ਜੇ ਕਿਸੇ ਦੀ ਡਿਊਟੀ ਕੱਟਣੀ ਹੈ ਉਹਦੀ ਵੀ WhatsApp ਤੇ। ਕਈ ਵਾਰ ਕੀ ਹੁੰਦਾ ਵੀ ਤੁਹਾਡੇ ਕੋਲੇ ਫੋਨ ਤੁਹਾਡੇ ਕੋਲੇ ਹੈ, ਤੁਹਾਡੇ ਕੋਲੇ ਨਹੀਂ ਹੈ, ਜਾਂ ਤੁਹਾਡਾ ਫੋਨ ਦਾ ਡਾਟਾ ਪੈਕ ਮੁੱਕਿਆ ਹੋਇਆ ਜਾਂ ਕਿਵੇਂ ਵੀ, ਉਹਦੇ 'ਚ ਮੁਲਾਜ਼ਮ ਜਿਹੜੇ ਆ ਉਹ ਪੀੜਤ ਹੁੰਦੇ ਆ। ਜਿਹੜਾ ਦਫ਼ਤਰ ਆ ਉਹ ਦਫ਼ਤਰ ਵਾਂਗੂ ਚੱਲਣਾ ਚਾਹੀਦਾ, ਦਫ਼ਤਰ ਦਾ ਚਿੱਠੀ ਪੱਤਰ ਬਕਾਇਦਾ ਉਹਦੇ ਤੇ ਨੰਬਰ ਲੱਗ ਕੇ ਬਕਾਇਦਾ ਰੂਪ ਦੇ ਵਿੱਚ ਮੁਲਾਜ਼ਮ ਦੇ ਸਾਈਨ ਹੋ ਕੇ ਉਹਨੂੰ ਨੋਟ ਕਰਵਾਇਆ ਜਾਣਾ ਚਾਹੀਦਾ, ਤਾਂ ਕਿ ਉਹ ਆਪਦੀਆਂ ਜ਼ਿੰਮੇਵਾਰੀਆਂ ਨਾਲ ਡਿਊਟੀਆਂ ਨਿਭਾ ਸਕਣ। ਜੇ ਤੁਸੀਂ WhatsApp ਤੇ ਚਲਾਓਗੇ ਦਫ਼ਤਰ ਤੇ WhatsApp ਤੇ ਦਫ਼ਤਰ ਥੋੜੀ ਚੱਲਿਆ ਕਰਦੇ ਆ, ਇਹ ਵੀ ਸਾਡਾ ਜਿਹੜਾ ਬਹੁਤ ਵੱਡਾ ਰੋਸ ਹੈ। ਅਸੀਂ ਮੰਗ ਕਰਦੇ ਹਾਂ ਵੀ ਦਫ਼ਤਰ ਵਾਂਗੂ ਚਲਾਇਆ ਜਾਵੇ, ਮੁਲਾਜ਼ਮਾਂ ਦੇ ਜਿਹੜੇ ਪੈਂਡਿੰਗ ਮਸਲੇ ਆ GPF ਦੀਆਂ ਸਟੇਟਮੈਂਟਾਂ ਮਿਲਣੀਆਂ ਚਾਹੀਦੀਆਂ ਨੇ, ਇਨਕੁਆਇਰੀਆਂ ਜਿਹੜੀਆਂ ਨੇ ਉਹ ਸਹੀ ਤੇ ਪਾਰਦਰਸ਼ੀ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਨੇ। ਇਹ ਸਾਰੀਆਂ ਸਾਡੀਆਂ ਮੰਗਾਂ ਨੇ ਵੀ ਤੁਸੀਂ ਹੱਲ ਕਰਕੇ ਦਿਓ ਜੀ। ਕਿੰਨਾ ਚਿਰ ਧਰਨਾ ਚੱਲੂਗਾ? ਇਹ ਧਰਨਾ ਉਦੋਂ ਤੱਕ ਚੱਲੂਗਾ ਜੀ ਜਦੋਂ ਤੱਕ ਮੰਗਾਂ ਮਸਲੇ ਹੱਲ ਨਹੀਂ।